ਦੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵਿਦ ਜੋਬ ਅਲਰਟ ਤੇ ਅੱਜ ਦੀ ਅਪਡੇਟ ਆ ਜੀ ਪੰਜਾਬ ਗਵਰਨਮੈਂਟ ਜੋਬ 2021 ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ ਭਰਤੀ ਪ੍ਰਕਿਰਿਆ ਸ਼ੁਰੂ ਸੁਬੰਦੀ ਕੁੱਲ ਪੋਸਟਾਂ ਜਿਹੜੀਆਂ 2280 ਨੇ ਤਾਂ ਗੁੱਡ ਨਿਊਜ਼ ਕਹਿ ਸਕਦੇ ਹਾਂ ਉਹਨੇ ਉਹਨੇ ਲੇਟੈਸਟ ਅਪਡੇਟ ਆਈ ਹੈ ਕਿਹੜੇ ਵਿਭਾਗ ਵਿੱਚ ਕਿੰਨੀਆਂ ਪੋਸਟਾਂ ਨੇ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋਚਾ ਇਹਨਾਂ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਕਿਸੇ ਤਰ੍ਹਾਂ ਅਪਡੇਟ ਇਨਫੋਰਮੇਸ਼ਨ ਮਿਲਦੀ ਰਹੇ ਤਾਂ ਸ਼ੇਅਰ ਕਰਦੇ ਹਾਂ ਜੀ ਪੂਰੀ ਜਾਣਕਾਰੀ ਤਾਂ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੀਆਂ 2280 ਅਸਾਮੀਆਂ ਭਰਨ ਸਬੰਧੀ ਅਧਿਨ ਸਿਵਾਮਾ ਚੋਣ ਬੋਰਡ ਪੰਜਾਬ ਵੱਲੋਂ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਅਧਿਨ ਸਿਵਾਮਾ ਚੋਣ ਬੋਰਡ ਪੰਜਾਬ ਦੇ ਚੇਅਰਮੈਨ ਰਾਮਨ ਬਹਿਰ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਹਰ ਘਰ ਰੋਜ਼ਗਾਰ ਦੀ ਨੀਤੀ ਤਹਿਤ ਬੋਰਡ ਵੱਲੋਂ ਜਲਦੀ 2280 ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤੇ ਜਾਣਗੇ। ਇਸ ਭਰਤੀ ਅਧੀਨ ਹੈ ਜੋ ਜੇਲ੍ਹ ਵਿਭਾਗ ਲਈ ਵਾਰਡਨ ਅਤੇ ਮੈਟਰਨ ਦੀਆਂ 837 ਅਸਾਮੀਆਂ, ਲੀਗਲ ਕਲਰਕਾਂ ਦੀਆਂ 199 ਸਿੱਖਿਆ ਵਿਭਾਗ ਦੇ ਵਿੱਚ 807 ਲਾਇਬ੍ਰੇਰੀਅਨਾਂ ਉਦਯੋਗ ਤੇ ਕਮਰਸ ਵਿਭਾਗ ਵਿੱਚ ਉੱਚ ਉਦਯੋਗਿਕ ਉન્નਤੀ ਅਫਸਰ ਦੀਆਂ 56 ਅਤੇ ਬਲਾਕ ਪੱਧਰ ਪ੍ਰਸਾਰ ਅਫਸਰ ਦੀਆਂ 61 ਆਪਾਕਾਰੀ ਤੇ ਕਰਨ ਈਖਕ ਦੀਆਂ 51 ਪੰਜਾਬ ਵੇਅਰ ਹਾਊਸਿੰਗ ਵਿਥ ਤਕਨੀਕੀ ਸਹਾਇਕ ਦੀਆਂ 120 ਸਮਾਜਿਕ ਸੁਰੱਖਿਆ ਵਿਭਾਗ ਵਿੱਚ ਸੁਪਰਵਾਈਜ਼ਰ ਦੀਆਂ 112 ਮੱਛੀ ਪਾਲਣ ਅਫਸਰ ਦੀਆਂ 27 ਸਾਮੀਆਂ ਸਬੰਧੀ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਵੇਗੀ ਅਸਾਮੀਆਂ ਦੀ ਭਰਤੀ ਸਬੰਧੀ ਕੀਤੀ ਜਾਣ ਵਾਲੀ ਸਮੁੱਚੀ ਕਾਰਵਾਈ ਨੂੰ ਅਜ ਅਦੀਨ ਸੇਵਾਵਾਂ ਚੋਣ ਬੋਰਡ ਦੇ ਸਮੂਹ ਮੈਂਬਰਾਂ ਵੱਲੋਂ ਪ੍ਰਵਾਨਗੀ ਜਿਹੜੀ ਉਹ ਦੇ ਦਿੱਤੀ ਗਈ ਹੈ ਤਾਂ ਹੁਣ ਜਲਦੀ ਇਸ਼ਤਿਹਾਰ ਜਾਰੀ ਕਰ ਦਿੱਤੇ ਜਾਣਗੇ ਆਉਣ ਵਾਲੇ ਕੁਝ ਦਿਨਾਂ ਚ ਜਾਨਕੀ ਅਪ੍ਰੈਲ ਦੇ ਪਹਿਲੇ ਹਫਤੇ ਵਿੱਚ ਇਹਨਾਂ ਵੈਕੈਂਸੀਆਂ ਜਾਨਕੀ 2280 ਵੈਕੈਂਸੀਆਂ ਨਾਲ ਸੰਬੰਧਿਤ ਨੋਟੀਫਿਕੇਸ਼ਨ ਅਫੀਸ਼ੀਅਲ ਨੋਟੀਫਿਕੇਸ਼ਨ ਵੀ ਆ ਜਾਏਗਾ ਤਾਂ ਤੁਸੀਂ ਅਪਲਾਈ ਕਰ ਸਕੋਗੇ ਇਸ਼ਤਿਹਾਰ ਜਿਵੇਂ ਕਿ ਅਖਬਾਰ ਦੇ ਵਿੱਚ ਦਿੱਤਾ ਜਾਂਦਾ ਹੈ ਤਾਂ ਉਹਦੇ ਵਿੱਚ ਵੀ ਦੇ ਦਿੱਤਾ ਜਾਏਗਾ ਤਾਂ ਕੁਝ ਦਿਨ ਬਾਕੀ ਰਹਿੰਦੇ ਨੇਗੇ ਬਾਕੀ ਅੱਗੇ ਜੋ ਵੈਕੈਂਸੀ ਨਾਲ ਸੰਬੰਧਿਤ ਅਪਡੇਟ ਆਏਗੀ ਸੋ ਮੈਂ ਇਸੇ ਰਿਸੀਟ ਆਰਡਰ ਨੂੰ ਸ਼ੇਅਰ ਕਰ ਦੇ ਰਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਵਾਈਲਕ ਆਈਕਨ ਆਲਤੇ ਪ੍ਰੈਸ ਕਰ ਲਿਓ ਤਾਂ ਇਹ ਤੁਹਾਨੂੰ ਸਮੇਂ ਸਿਰ ਸਾਰੀ ਜਾਣਕਾਰੀ ਮਿਲਦੀ ਰਹੇ ਧੰਨਵਾਦ ਜੀ